ਪਿਓ ਪੁੱਤ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਹਸਪਤਾਲ ਦੇ ਵਿੱਚੋਂ ਬਾਹਰ ਨਿਕਲੇ ਤਾਂ ਬਾਹਰ ਨਿਕਲਦੇ ਸਾਰ ਹੀ ਦੋ ਬਾਈਕਾਂ ਦੇ ਉੱਤੇ 7 ਤੋਂ 8 ਅਣਪਛਾਤੇ ਹਮਲਾਵਰ ਆਉਂਦੇ ਨੇ ਤੇ ਆਉਂਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਪਿਓ ਪੁੱਤ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਕਿਹਾ ਜਾ ਰਿਹਾ ਕਿ ਇਹ ਪਿਓ ਪੁੱਤ ਇਹਨਾਂ ਦੇ ਛੋਟੇ ਬੇਟੇ ਦੇ ਬੇਟਾ ਹੋਇਆ ਸੀ ਹਸਪਤਾਲ ਦੇ ਵਿੱਚ ਤੇ ਉਸਦਾ ਹਾਲ ਚਾਲ ਲੈਣ ਦੇ ਲਈ ਇਹ ਮੌਕੇ ਦੇ ਉੱਤੇ ਪਹੁੰਚੇ ਸੀ। ਕਰਵਾ ਚੌਥ ਵਾਲੇ ਦਿਨ ਘਰ ਦੇ ਵਿੱਚ ਵੱਡੀਆਂ ਖੁਸ਼ੀਆਂ ਆਈਆਂ ਸੀ। ਦੱਸ ਦਈਏ ਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਨਵਾਂ ਮਹਿਮਾਨ ਆਇਆ ਸੀ, ਬੱਚਾ ਆਇਆ ਸੀ ਤੇ ਉਸਦਾ ਹਾਲ ਚਾਲ ਜਾਣਨ ਦੇ ਲਈ ਉਸ ਬੱਚੇ ਦਾ ਤਾਇਆ ਅਤੇ ਉਸਦਾ ਦਾਦਾ ਦੋਵੇਂ ਹੀ ਹਸਪਤਾਲ ਦੇ ਵਿੱਚ ਹਾਲ ਚਾਲ ਲੈਣ ਦੇ ਲਈ ਪਹੁੰਚੇ ਸੀ, ਪਰ ਜਿਵੇਂ ਹੀ ਇਹ ਕਾਰ ਦੇ ਵਿੱਚ ਬੈਠ ਕੇ ਘਰ ਵਾਪਸੀ ਕਰ ਰਹੇ ਸੀ ਤਾਂ ਅਣਪਛਾਤੇ ਬਾਈਕ ਦੇ ਉੱਤੇ 7 ਤੋਂ 8 ਹਮਲਾਵਰਾਂ ਦੇ ਵੱਲੋਂ ਅੰਨੇਵਾਹ ਫਾਇਰਿੰਗ ਕਰ ਦਿੱਤੀ ਗਈ। ਫਾਇਰਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਵਾਂ ਦੀ ਮੌਤ ਹੋ ਗਈ। ਹਾਲਾਂਕਿ ਗਨੀਮਤ ਰਹੀ ਕਿ ਜੋ ਬੱਚੇ ਸੀ ਉਹਨਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਦੱਸਿਆ ਜਾ ਰਿਹਾ ਕਿ ਬੱਚਿਆਂ ਦੀ ਵੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ, ਕਿਉਂਕਿ ਦੋ ਬੱਚੇ ਵੀ ਇਹਨਾਂ ਦੇ ਨਾਲ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਵੀ ਜੋ ਗੋਲੀਆਂ ਦੇ ਛਰਲੇ ਹੁੰਦੇ ਨੇ ਉਹ ਜ਼ਰੂਰ ਲੱਗੇ ਨੇ ਤਾਂ ਉਹਨਾਂ ਦਾ ਵੀ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ। ਪਰਿਵਾਰ ਜੋ ਹੈ ਧਾਹਾਂ ਮਾਰ ਰੋ ਰਿਹਾ। ਪੁਰਾਣੀ ਰੰਜਿਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ, 4 ਸਾਲ ਪਹਿਲਾਂ ਵੀ ਪਿਓ ਪੁੱਤ ਦੇ ਉੱਤੇ ਹੀ ਗੋਲੀਆਂ ਚਲਾਈਆਂ ਗਈਆਂ ਸੀ। ਕਿਸੇ ਦੇ ਨਾਲ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ ਤੇ ਹੁਣ ਘਰ ਦੇ ਵਿੱਚ ਵੱਡੀਆਂ ਖੁਸ਼ੀਆਂ ਆਈਆਂ ਸੀ। ਕਰਵਾ ਚੌਥ ਦਾ ਦਿਨ ਸੀ, ਪਰਿਵਾਰ ਜੋ ਹੈ ਪੂਰਾ ਖੁਸ਼ ਸੀ ਕਿਉਂਕਿ ਇੱਕ ਬੱਚਾ ਜੋ ਹੈ ਹੋਰ ਉਸਨੇ ਜਨਮ ਲਿਆ ਸੀ ਇਸ ਘਰ ਦੇ ਵਿੱਚ। ਪਰ ਹੁਣ ਇਹ ਸਾਰੀਆਂ ਹੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਕਿਹਾ ਜਾ ਸਕਦਾ, ਕਿਉਂਕਿ ਇਹ ਘਰ ਦੇ ਵਿੱਚ ਸੱਥਰ ਵਿੱਚ ਗਿਆ। ਕਿਤੇ ਘਰ ਦੇ ਵਿੱਚ ਚਾਵਾਂ ਨਾਲ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਪਰ ਇਸੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਇਹ ਬੁਰੀ ਖਬਰ ਸਾਹਮਣੇ ਆਈ ਕਿ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਜਿਵੇਂ ਹੀ ਹਸਪਤਾਲ ਦੇ ਵਿੱਚੋਂ ਇਹ ਬਾਹਰ ਨਿਕਲੇ ਪਿਓ ਪੁੱਤ ਤਾਂ ਦੋਵਾਂ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਉਦੋਂ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਹੋਣ ਦਿੱਤਾ ਜਾਵੇਗਾ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਲਗਾਤਾਰ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ ਦੁਆਲੇ ਲੱਗੀ CCTV ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਕਿ ਆਖਿਰ ਇਹ ਬਦਮਾਸ਼ ਕੌਣ ਸੀ, ਇਹ ਹਮਲਾਵਰ ਕੌਣ ਸੀ ਤਾਂ ਜੋ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਤਾਂ ਦੋ ਬਾਈਕਾਂ ਦੇ ਉੱਤੇ ਇਹ ਹਮਲਾਵਰ ਆਉਂਦੇ ਨੇ ਤੇ ਆਉਂਦੇ ਸਾਰ ਹੀ ਪਿਓ ਪੁੱਤ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਹਾਲਾਂਕਿ ਗੋਲੀਆਂ ਤਾਬੜ ਤੋੜ ਚਲਾਈਆਂ ਗਈਆਂ ਨੇ, ਕਿੰਨੇ ਰਾਊਂਡ ਫਾਇਰਿੰਗ ਕੀਤੀ ਗਈ ਹੈ ਇਹ ਜਾਂਚ ਦਾ ਵਿਸ਼ਾ ਹੈ। ਹੋਸਪਿਟਲ ਮੇਰੇ ਬੱਚਾ ਹੋਇਆ ਸੀਗਾ ਜੀ, ਅਸੀਂ ਉੱਥੇ ਗਏ ਸੀਗੇ ਤੇ ਵਾਪਸ ਘਰ ਚੱਲੇ ਸੀਗੇ, ਭਰਾ ਗੱਡੀ ਚਲਾਉਣ ਡਿਆ ਸੀ ਤੇ ਵਾਪਸ ਮੇਰੇ ਫਾਦਰ ਸਾਹਿਬ ਸਾਈਡ ਤੇ ਬੈਠੇ ਸੀਗੇ, ਮੈਂ ਪਿੱਛੇ ਸੀਗਾ ਹੋਸਪਿਟਲ ਦੇ ਅੰਦਰ ਸੀਗਾ ਤੇ ਉਹਨਾਂ ਨੇ ਆਉਂਦੇ ਗੋਲੀਆਂ ਚਲਾਉਣੀਆਂ, ਆਲੇ ਦੁਆਲੇ ਦੋ ਮੋਟਰਸਾਈਕਲ ਤੇ ਸੀਗੇ, ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਗੋਲੀਆਂ ਮਾਰੀਆਂ ਮੇਰੇ ਫਾਦਰ ਤੇ ਮੇਰੇ ਬ੍ਰਦਰ ਤੇ। ਸੱਤ ਅੱਠ ਬੰਦੇ ਸੀਗੇ ਜੀ, ਉਹ ਸੀਗੇ ਜੀ ਰਾਮਪੁਰ ਚਲੁੱਪੁਰ ਦੇ ਸੀਗੇ ਜੀ। ਮੇਰੇ ਫਾਦਰ ਸਾਹਿਬ ਦੀ ਹੋਈ ਹੈ, ਮੇਰੇ ਬ੍ਰਦਰ ਦੀ ਹੋ ਗਈ ਜੀ। ਬੱਚਿਆਂ ਦਾ ਪਤਾ ਨੀ ਜੀ, ਅਜੇ ਬੱਚੇ ਦੂਜੀ ਵਾਰ ਗੋਲੀਆਂ ਚਲਾਉਣ ਆ ਗਏ, ਪਹਿਲਾਂ ਵੀ ਗੋਲੀਆਂ ਉਹਨੇ ਚਲਾਉਣ ਆ ਗਏ, ਉਦੋਂ ਅਸੀਂ ਬਚਾ ਹੋਏ ਤੇ ਡੈਡੀ ਤੇ ਸਕੈਨ ਕਰਾਉਣ ਰਾਜ ਦੇ ਤੁਰੇ ਹੋ ਸੀ ਪਥਰੀ ਸੇ ਦੇ ਡੈਡੀ ਦੇ, ਉਦੋਂ ਵੀ ਉਹਨਾਂ ਦਾ ਬਚਾ ਹੋਇਆ ਮਸੀ, ਗੱਡੀ ਗੁੱਡੀ ਚ ਗੋਲੀਆਂ ਲੱਗੀਆਂ ਉਦੋਂ ਵੀ। ਪ੍ਰਸ਼ਾਸਨ ਕੋਲ ਮੰਗ ਕੀ ਕਰਨੀ, ਮੰਗ ਕੀ ਕਰਨੀ ਆ, ਫੜੋ। ਮੈਂ ਉਹਨਾਂ ਚਿਰ ਮੈਂ ਦਾਗ ਨੀ ਲਾਉਣ ਦੇਣਾ, ਸੰਸਕਾਰ ਨੀ ਕਰਨਾ ਜਿੰਨਾ ਚਿਰ ਨਰਸੀ ਬਣਾ ਬਣੂਗਾ ਮੇਰਾ ਇਹ ਕੁਛ ਆ ਬਸ। ਉਹਨਾਂ ਨੂੰ ਵੀ ਪੇਸ਼ ਕਰੋ ਬਸ, ਜਿੱਦਾਂ ਸਾਡੇ ਬੰਦੇ ਮਾਰੇ ਇੱਦਾਂ ਹੀ ਮਾਰੋ।
ਮੇਰਾ ਇਹ ਹੀ ਆ ਤਲਵੰਡੀ ਲਾਈਆਂ ਫਿਰ कुछ नहीं पता सानू तो इहदा छोटे बेटा होया ते उत्थे रोटी देण आए आ कोई इंटेंशन नहीं इदां दी कोई दुश्मनी नहीं कोई कुछ नहीं धमकियां आउंदियां सी जां जो भी सीगा सारा सानू तो बस फोन आया ते पता लगा भी मतलब इदां दा करके होया ते प्यो दे भी नाल और छोटे बच्चियां दे भी नाल एडी गुंडागर्दी एडी दरिंदगी जिहड़ी आ बहुत मैनू लगदा भी गैंडी होंदी आ ओदे इत्थे छाती च ओदे मुंडे दे बहुत सारा तीन बजियां अंकल दे कोई कारवाई नहीं कोई कोई अजे तक 2 घंटे हो गए आ दसदे भी बंदे हुण डाउट हैगा आ बाकी क्लियर करनगे हौली हौली कुछ बंदिया दे इन्हां दे नां इन्हां ने देखिए इन्हां ने किन्ने सीगे क्लियर हाँ इहदे मुंडे दे ध्यान दे विच आ सारा कुछ क्योंकि इन्हें देखा सारा सात अठ जाने मोटरसाइकलां दे ही आने एक दादाई ओ चलो कराऊगा सारा कुछ सुखविंदर सुखी ओदा भरा नाल हैगा जी ते एक आशु दा भरा सीगा जी ते बाकी होर नाल उहनां दे सीगे जी वैपन सानू थोड़ी पता जी इदां ओदे एडे एडे होल होए छातियां दे विच पता लगदा ही आ सारा जिद्दां तुसीं देखो बड़ा जिथे गोली कांड होया अमरजीत ओहदे फादर साहब जिहड़े परिवारक मैंबर जिहड़े सीगे हॉस्पिटल एडमिट सी जिन्हां दी खबर लैण वास्ते गए हुए सीगे जिहड़े दो जिहड़े नौजवान हैगे सीगे मोटरसाइकिल ते आए ने उन्होंने उन्होंने इनोवा गड्डी च बैठे हुए उन्होंने फायर करता हाँ जी हाँ जी सर कितनियां गोलियां लगियां दोनों सानू मौके तो 6 जिहड़े हैगे आ खोल बरामद होए ने बच्चों के थोड़ी इंजरी हुई है इंजरी हुई है उन्होंने भी हॉस्पिटल एडमिट कराया हुआ कितने जने सीगे वारदात मौके ते वारदात के मौके हाल की घड़ी तो यही दस्या भी 2 जने मोटरसाइकिल से सवार से बाकी डूंगाई ना जी इन्वेस्टिगेशन की जाऊगी सीसीटीवी फुटेज चेक करते हैं तो हम हाल की घड़ी हॉस्पिटल पुरानी इन्हों दो तरह की आपस में पुरानी रंजिश हैगी पुरानी रंजिश के चलते इन्ह का अगे है करके इन्होंने गोली चलाई है कार्रवाई अभी जी है केस रजिस्टर कर रहे हैं जी सर इस वारदात दे विच डेथ कितनी हुई है 2 डेथ हुई है जी 2 बच्चे दे ते बच्चे ठीक है 2 बच्चे जेड़े हो इंजर्ड होया सर कोई फैमिली दे ने सारे हां जी कोई फैमिली दे जी सर व्यक्ति दी डेथ हुई है कोई न्यूज़ चैनल चला रहा है कि वो सरपंच जी सगा कोई इदां भी मामला नहीं 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 इदां कोई ऐसा जा कोई लंग रंजा ऐसा जा मसला कोई नहीं हैगा कोई सरपंच जी दे नाल लेके कोई ऐसा जा मसला नहीं हैगा ये तो सिर्फ मतलब आपस विच इनां दी पुरानी रंजिश का मसला है दोनों तरह का उन्होंने हम चेक करके तुम दस देंगे है तो क्रिमिनल ही है बैकग्राउंड उन्होंने सर इन्होंने पहले भी कोई गोलियां वगैरह जिम्मे कि दस रहे कि 3 साल के 2-3 साल पहला कोई हाँ जी पहला 3-4 साल पहला कोई केस जो है